ਐ ਆਖਰੀ ਮੰਥ ਨਰਾਨ ਦਾ ਖਾ ਜਾ ਲੜਾਈ ਹੋ ਪਈ ਤੇ ਬਾਬਾ ਤਗੜੀ ਲੜਾਈ ਹੋ ਪਈ ਟਾਇਰ ਪੰਚਰ ਤੇ ਇੱਥੇ ਦੁਕਾਨ ਬੰਦ ਛੇੜ ਕੇ ਆਸ਼ੀਰ ਆ ਮੜੀ ਬਦਲਾਂ ਦੇ ਵਿੱਚ ਨਰਾਨ ਦੇ ਵਿੱਚ ਨੋ ਸਨੋ ਫੁੱਲ ਸਬਜ਼ਾ ਮਾਸ਼ਾਅੱਲਾ ਬਿਸਮਿਲ੍ਲਾਹਿ ਰਹਿਮਾਨਿ ਰਹੀਮ ਅਸਲਾਮ ਅਲੈਕੁਮ ਕੀ ਹਾਲ ਚਾਲ ਹੈ ਤੁਹਾਡੇ ਸਾਰਿਆਂ ਦਾ ਉਮੀਦ ਕਰਦਾ ਤੁਸੀਂ ਸਭ ਠੀਕ ਠਾਕ ਹੋਗੇ ਫਿੱਟ ਹੋਗੇ ਵਧੀਆ ਹੋਗੇ ਤੇ ਬੜੀ ਮਰਜ਼ੀ ਰਹਿੰਦੇ ਹੋਗੇ ਇਨਸ਼ਾਅੱਲਾ ਟਾਈਮ ਜਿਹੜਾ ਤਕਰੀਬਨ 12 ਵਜ ਗਏ ਨੀਂਦ ਪੂਰੀ ਕੀਤੀ ਆ ਕੇ ਰੈਸਟ ਕੀਤਾ ਸੀ ਕੱਲ੍ਹ ਤਕਰੀਬਨ ਚਿਲਮ ਚੌਕੀ ਤੋਂ ਨਰਾਨ ਦਾ ਸਫ਼ਰ ਕੀਤਾ ਸੀ ਫੁੱਲ ਡੇਂਜਰਸ ਬਾਬੂ ਸਰ ਰੋਡ ਰਾਤ ਨੂੰ ਐਂਡ ਲੈਵਲ ਡੇਂਜਰਸ ਸੀ ਅਤੇ ਜ਼ੁਕਾਮ ਲੱਗ ਗਿਆ ਅਤੇ ਥਕਾਵਟ ਕਾਫੀ ਜ਼ਿਆਦਾ ਹੋਈ ਹੈ ਰੈਸਟ ਰੁਸਟ ਕੀਤਾ ਨੀਂਦ ਪੂਰੀ ਕੀਤੀ ਹੈ ਅਤੇ ਹੁਣ ਜਿਹੜਾ ਨਿਕਲਣ ਲੱਗੇ ਆਪਣਾ ਸਫ਼ਰ ਨਰਾਨ ਤੋਂ ਕਰਨ ਲੱਗੇ ਵਾਪਸੀ ਨੂੰ ਸ਼ੁਰੂ ਨਰਾਨ ਵੀ ਬਾਬਾ ਜੀ ਕਿਸੇ ਤੋਂ ਘੱਟ ਨਹੀਂ ਹਾਂਜੀ ਵਲੌਗ ਸ਼ੁਰੂ ਹੁੰਦਾ ਸਬਸਕ੍ਰਾਈਬ ਸਾਰੇ ਜਿਹਨੇ ਜ਼ਰੂਰ ਕਰ ਹਾਂਜੀ ਰੈਡੀ ਹੋ ਹਾਂ ਬੱਟੀ ਅੱਛਾ ਵਾਸ਼ਰੂਮ ਕਰੀਓ ਲੈ ਗੱਲ ਆਈ ਆ ਹਾਂਜੀ ਚਲੀਏ ਕਿੱਥੇ ਜਾਣਾ ਫਿਰ ਅੱਜ ਮਰੀ ਸ਼ੁਕਰ ਅਲਹਮਦੁਲਿਲਾ ਅੱਜ ਧੁੱਪ ਲੱਗ ਇਨਸ਼ਾਅੱਲਾ ਜਿਹੜਾ ਥੋੜ੍ਹਾ ਥੋੜ੍ਹਾ ਨਜ਼ਰ ਲੱਗਾ ਖਤਮ ਹੋ ਜਾਏਗਾ ਇਸ ਬਾਈਕ ਦਾ ਜਿਹੜਾ ਨਹੀਂ ਅਗਲਾ ਟਾਇਰ ਚੇਂਜ ਹੋਣਾ ਪਹਿਲਾਂ ਉਹ ਕਰਵਾਉਣਾ ਚੈੱਕ ਕਹਿੰਦਾ ਖਾ ਕੇ ਤੇ ਫੇਰ ਨਿਕਲਣਾ ਚੱਲ ਆਵੇ ਸਾਜ਼ੋ ਸਮਾਨ ਫੜ ਲਿਆ ਆਪਣਾ ਨਰਾਨ ਨੂੰ ਬਾਏ ਬਾਏ ਕਰਦੇ ਆ ਬਾਏ ਬਾਏ ਨਰਾਨ ਅੱਲਾ ਹਾਫਿਜ਼ ਖਾਣਾ ਖਾ ਕੇ ਜਾਣਾ ਸੀ ਇੱਥੋਂ ਟਾਇਰ ਨੀ ਲੱਭਾ ਆਂਦੇ ਨੇ ਕਗਾਨ ਤੋਂ ਟਾਇਰ ਲੱਭ ਜਾਏਗਾ ਤਕਰੀਬਨ ਹੈ ਕਿ 20 ਕਿਲੋਮੀਟਰ ਜਾਣਦੇ ਹੋਏ ਮੁੰਡਿਆ ਅੱਜ ਨਾ ਰੋਕੀ ਮਾਵੀ ਅੱਜ ਭਾਵੇਂ ਭੱਟੀ ਨੂੰ ਵਾਸ਼ਰੂਮ ਆਏ ਨਹੀਂ ਰੁਕਣਾ ਠੀਕ ਹੈ ਨਰਾਨ ਦਾ ਆਖਰੀ ਮੰਥ ਅੱਗੋਂ ਸਨੋਫਾਲ ਸ਼ੁਰੂ ਤੇ ਬੰਦ ਹੋ ਜਾਂਦਾ ਚੈੱਕ ਕਰੋ ਯਾਰ ਇੱਥੇ ਸਾਰੇ ਗਲੇਸ਼ੀਅਰ ਹੁੰਦੇ ਨੇ ਜਦੋਂ ਸ਼ੁਰੂ ਤੇ ਨਰਾਨ ਖੋਲਦਾ ਕਿਸੀ ਕੋ ਕੁਛ ਯਾਦ ਆਇਆ ਤੋ ਕਮੈਂਟ ਚ ਕਰ ਅਲਹਮਦੁਲਿਲਾ ਜੀ ਕਗਾਨ ਪਹੁੰਚ ਗਿਆ ਕਗਾਨ ਆ ਕੇ ਨਾਲ ਇੱਕ ਬਾਈਕ ਵਾਲੀ ਦੁਕਾਨ ਹੈ ਉੱਥੋਂ ਟਾਇਰ ਪਵਾਉਣ ਲਈ ਬਾਈਕ ਦਿੱਤੀ ਹੈ ਅਤੇ ਨਾਲ ਖਾਣਾ ਛਾਣਾ ਖਾਣ ਲੈਂਗੇ ਅੱਜ ਤੂੰ ਖਾਧਾ ਹੀ ਨਹੀਂ ਸੁਬਹ ਦਾ 2 ਵੱਜ ਗਏ ਨੇ ਅਤੇ ਹੁਣ ਖਾਣਾ ਛਾਣਾ ਖਾ ਕੇ ਫਿਰ ਨਿਕਲਦੇ ਹਾਂ ਅੱਜ ਕੋਸ਼ਿਸ਼ ਕਰਨੀ ਹੈ ਮੜੀ ਪਹੁੰਚ ਜਾਈ ਖਾਣਾ ਆ ਗਿਆ ਜੀ ਆਪਣਾ ਭੁੱਖ ਬਹੁਤ ਜ਼ਿਆਦਾ ਲੱਗੀ ਹੈ ਜਲਦੀ ਜਲਦੀ ਲੰਗਰ ਚੁੱਕੀ ਹੈ ਅਲਹਮਦੁਲਿਲਾ ਜੀ ਅਲਹਮਦੁਲਿਲਾ ਖਾਣਾ ਰੱਜ ਕੇ ਖਾ ਕੇ ਅਤੇ ਹੁਣ ਆਪਣਾ ਵਿਹਨੇ ਬਾਈਕ ਹੋਈ ਹੈ ਸਹੀ ਕਿ ਨਹੀਂ ਗੱਡੀ ਦਾ ਟਾਇਰ ਇੱਥੋਂ ਚੇਂਜ ਕਰਾ ਲਿਆ ਹੁਣ ਤੇਲ ਵਿਹਨੇ ਕਿੱਥੋਂ ਚੇਂਜ ਕਰਾਉਂਦੇ ਹਾਂ ਕਰਵਾ ਕੇ ਫੇਰ ਹੀ ਨਿਕਲਾਂਗੇ ਕਗਾਨ ਮੇਲੀ ਅਤੇ ਬਾਦਲ ਆਏ ਆਏ ਹਾਏ ਜਗ੍ਹਾ ਤੋਂ ਗੱਡੀ ਦਾ ਤੇਲ ਚੇਂਜ ਕਰਾਉਣ ਲੱਗੇ ਸ਼ਾਪ ਚੈੱਕ ਕਰੋ ਬਾਬਾ ਜੀ ਜੇ ਇੱਥੋਂ ਦੋਵਾਂ ਗੱਡੀਆਂ ਦਾ ਤੇਲ ਵਗੈਰਾ ਚੇਂਜ ਕਰਾ ਰਹੇ ਨੇ ਤਕਰੀਬਨ 1 ਘੰਟੇ ਬਾਅਦ ਜਿਹੜਾ ਨਹੀਂ ਦੋਨੋਂ ਗੱਡੀਆਂ ਦਾ ਕੰਮ ਹੋ ਗਿਆ ਚੈੱਕ ਕਰੋ ਆਪਣੇ ਵਾਲੀ ਦਾ ਵੀ ਤੇਲ ਚੇਂਜ ਹੋ ਗਿਆ ਸਰਵਿਸ ਹੋਣ ਵਾਲੀ ਰਹਿ ਗਈ ਹੈ ਦੋਵਾਂ ਦੀ ਇਹਦਾ ਵੀ ਜਿਹੜਾ ਜਿਹੜਾ ਕੰਮ ਰਹਿੰਦਾ ਸੀ ਨਾ ਇਸ ਗੱਡੀ ਦਾ ਉਹ ਵੀ ਹੋ ਗਿਆ ਦੋਵਾਂ ਦਾ ਚੇਂਜ ਹੋ ਗਿਆ ਕੋਈ ਚੀਜ਼ ਰਹਿ ਤਾਂ ਨਹੀਂ ਗਈ ਚਲੀਏ ਹੁਣ ਚੱਲਦੇ ਹਾਂ ਫਿਰ ਬਜ਼ਾਰ ਰੁਕਿਆ ਮਾੜੀ ਜੋ ਵੀ ਕਰਨਾ ਇੱਥੇ ਹੀ ਕਰ ਲੈ ਹੈਂ ਵਾਸ਼ਰੂਮ ਹੈ ਵਾਸ਼ਰੂਮ ਵਾਸ਼ਰੂਮ ਕੀ ਕਿਆ ਜ਼ਰੂਰਤ ਹੈ ਸਿਲੰਸਰ ਹੈ ਨਾ ਬਸ ਉਹ ਵੇਖ ਲੈ ਬੱਟੀ ਬੀਸਤੀ ਕਰਵਾਈ ਜਾ
ਸਲੰਸਰ ਦਾ ਸੁਰਾਖ ਵੀ ਦਿਖਾ ਦੇ ਨਾ, ਹਾਂ ਦਿਖਾ ਦੇ ਪਿੱਛੇ ਸੇ ਭਾਈ ਖੜੇ ਵੀ ਹੋ ਖੜੀਏ ਇਸੀ ਪ੍ਰੋਗਰਾਮ ਮੇਂ। ਬਾਕੀ ਜੀ ਕੰਮ ਵਗੈਰਾ ਹੋ ਗਿਆ ਤੇ ਇਹ ਭੱਟੀ ਨੇ ਇੱਕ ਰਿਕੁਐਸਟ ਕੀਤੀ ਹੈਲਮਟ ਇੱਧਰ ਕਰਿਓ। ਭੱਟੀ ਨੇ ਇੱਕ ਭਾਈ ਦੇ ਸਿਰ ਦੇ ਨਾਪ ਦਾ ਹੈਲਮਟ ਲਿਆ ਅੱਜ ਤੋਂ ਅਤੇ ਹੁਣ ਚਾਂਸ। ਬਾਕੀ ਜੀ ਆਪਣਾ ਸਫ਼ਰ ਅਲਹਮਦੁਲਿਲਾ ਅਲਹਮਦੁਲਿਲਾ ਸ਼ੁਰੂ ਹੋ ਗਿਆ। ਮਹਾਂਦਰੀ ਦਾ ਬੋਲ ਇਹ ਥੋੜ੍ਹਾ ਹੋਰ ਉੱਚਾ ਕੀਤਾ ਨੇ ਮੇਲੇ ਨਾਲ, ਇਹ ਬੰਦ ਸੀ ਪਿੱਛੋਂ ਬੋਲ। ਅਲਹਮਦੁਲਿਲਾ ਜੀ ਕੁਵਈ ਵਾਟਰਫਾਲ ਕ੍ਰਾਸ ਕਰ ਲਈ, ਜਲਦੀ ਜਲਦੀ ਅੱਜ ਮਣੀ ਪਹੁੰਚਣਾ, ਜਾ ਕੇ ਰੈਸਟ ਕਰਨਾ, ਸੋਣਾ, ਥਕਾਵਟ ਦੂਰ ਹੋਏ। ਕੱਲ ਪੈਟਰੋਲ ਪਵਾਇਆ ਸੀ ਬਾਬਾ ਜੀ ਸਟੋਰ ਤੋਂ ਤੇ ਇੱਥੇ ਬਾਲਾਕੋਟ ਆ ਕੇ ਮੁੱਕਾ ਜੀ, ਫੁੱਲ ਮੁੱਕ ਗਿਆ, ਟੈਂਕੀ ਖਾਲੀ ਹੋ ਗਈ, ਧੋਣਾ ਹੀ ਪਵਾਉਣ ਲੱਗਾ। ਕੀ ਵਿਊ ਹੈ ਬਾਲਾਕੋਟ। ਅੱਛਾ ਬਾਲਾਕੋਟ ਪਹੁੰਚੇ ਹਾਂ, ਲੜਾਈਓ ਭਾਈ ਜੀ। ਉਹੜੂ ਕਿਉਂ ਕਿਹੜੂ ਕਿਹੜੂ ਕਿਉਂ ਇੱਥੇ ਬਾਬਾ ਜੀ ਰੇਟ ਸੁੱਤਣ ਤੋਂ ਲੜਾਈ ਹੋ ਪਈ ਤੇ ਬੰਦਿਆਂ ਵਾਵਾ ਆ ਕੇ ਛਡਾਇਆ। ਲੋ ਜੀ ਬਾਲਾਕੋਟ ਤੋਂ ਆਪਣਾ ਸਫ਼ਰ ਹੋ ਗਿਆ ਸਟਾਰਟ। ਨਾਈਸ ਨਾਈਸ, ਹਨੇਰਾ ਪੈ ਗਿਆ ਤੇ ਹਜੇ ਤੱਕ ਮੁਜ਼ਫਰਾਬਾਦ ਦੀਆਂ ਚੜ੍ਹਾਈਆਂ ਨਹੀਂ ਚੜ੍ਹੀਆਂ, ਗੱਡੀ ਪੈਂਚਰ ਹੋ ਗਈ। ਇੱਕ ਦੁਕਾਨ ਤੋਂ ਪਤਾ ਕੀਤਾ, ਟਾਈਮ ਵੀ ਕਾਫੀ ਹੋ ਗਿਆ, ਉਹ ਤਾਂ ਬੰਦ, ਅੱਗੇ ਜਾ ਰਹੇ ਹਾਂ। ਗੱਡੀ ਦਾ ਟਾਇਰ ਪੰਚਰ ਹੈ ਤੇ ਇੱਥੇ ਦੁਕਾਨ ਬੰਦ ਕਰਕੇ ਤੁਰ ਜਾਂਦੇ, ਜਿਹੜਾ ਦੁਕਾਨ ਦੇ ਅੱਡੇ 'ਚੋਂ ਐਸ 'ਚੋਂ ਪਤਾ ਕਰ ਲਿਆ ਕਿਤੋਂ ਨਹੀਂ ਲੱਭੀ ਦੁਕਾਨ। ਦੋ ਦੁਕਾਨਾਂ ਹਨ, ਦੋਵੇਂ ਬੰਦ ਹੋ ਗਈਆਂ। 8 ਵਜੇ ਦਾ ਟਾਈਮ ਸੀ ਅਤੇ ਦੁਕਾਨਾਂ ਬੰਦ ਨੇ ਸਾਰੀਆਂ, ਪੰਚਰ ਪੁੰਚਰ ਵਾਲੀਆਂ। ਇਹ ਖਲਵਾਈ ਹੈ ਸਪੈਸ਼ਲ, ਮੈਂ ਕਿਹਾ ਹਾਂਜੀ ਇੱਥੇ ਹੀ ਬੈਠੇ ਰਹਾਂਗੇ। ਗੱਡੀ ਆਪਣੇ ਸਟੈਂਡ ਤੇ ਆਵੇ ਜੀ। ਲੋਜ ਵਿੱਚੋਂ ਕੋਈ ਕਿੱਲ ਵਗੈਰਾ ਜੋ ਵੀ ਉਹ ਕੱਢ ਰਹੇ ਜੀ। 10 ਮਿੰਟ ਹੋ ਗਏ ਨੇ ਭਾਈ ਹੋਰੀ ਕਿੱਲ ਦੇ ਨਾਲ ਲੜ ਰਹੇ ਨੇ, ਪਰ ਭੱਟੀ ਨਿਕਲਦੇ ਨਹੀਂ ਪਿਆ ਵਿੱਚੋਂ। ਇਹ ਚੈੱਕ ਕਰੋ ਜੀ ਕੀ ਚੀਜ਼ ਸੀ ਜਿਹਨੇ ਕੰਮ ਲਾ ਖੜਿਆ। ਬਹੁਤ ਸ਼ੁਕਰੀਆ ਸਰ। ਹਰ ਬੈਗ ਅਲਹਮਦੁਲਿਲਾ ਜੀ, ਰਾਤ ਦੇ 8:30 ਹੋ ਗਏ ਨੇ ਅਤੇ ਆਪਣਾ ਕੰਮ ਹੋ ਗਿਆ ਬਾਲਾਕੋਟ ਦੇ ਏਰੀਆ 'ਚ ਹੀ। ਹਾਂ ਅਤੇ ਅਲਹਮਦੁਲਿਲਾ ਪੈਂਚਰ ਲੱਗ ਗਿਆ ਅਤੇ ਬਹੁਤ ਹੀ ਜ਼ਿਆਦਾ ਸਫ਼ਰ ਹੈ, ਫੁੱਲ ਰਾਈਡ ਦਾ ਸਫ਼ਰ, ਐਡਵੈਂਚਰ ਹੀ ਹੈ। ਚਲੋ ਮੜੀ ਵਾਲੀ ਸਾਈਡ 'ਤੇ ਜਾਣਾ ਬਾਲਾਕੋਟ ਤੋਂ, ਪਤਾ ਹੀ ਹੋਣਾ ਮੁਜ਼ਫਰਾਬਾਦ ਦੇ ਪਹਾੜਾਂ ਦੇ ਉੱਤੇ। ਲਓ ਜੀ ਫੁੱਲ ਜੰਗਲ ਵਾਲਾ ਰਸਤਾ ਬੜਾ ਆਪਣਾ ਹੋ ਗਿਆ ਸਟਾਰਟ। ਚੰਗਾ ਭਲਾ ਹੁਣ ਨੂੰ ਲੱਗ ਗਿਆ ਅੱਪੜ ਜਾਣਾ, ਸਕੂਨ ਨਾਲ ਜਾ ਕੇ ਰੈਸਟ ਕਰਨਾ ਸੀ ਅੱਜ, ਫਿਰ ਘੱਟਾ ਨੱਕ 'ਚ ਜਾਂਦਾ ਵਾ ਅਤੇ ਉਹ ਕੇਪੀ ਕੇ ਜੂ ਕਸ਼ਮੀਰ ਇੰਟਰ ਹੋ ਗਏ।
ਸ਼ੇਰ ਕਿਹੋ ਸ਼ੇਰ ਠੀਕ ਹੈ ਯਾਰ ਸ਼ੇਰ ਦਾ ਬੱਚਾ ਸੀ ਜਾਂ ਲੂੰਬੜੀ ਦਾ ਕੈਪੀਟਲ ਆਫ ਕਸ਼ਮੀਰ ਮੁਜ਼ਫਰਾਬਾਦ ਪਹਾੜਾਂ ਦੇ ਉੱਤੇ ਸਾਰਾ ਮੁਜ਼ਫਰਾਬਾਦ ਚ ਤੇ ਉਹ ਉੱਪਰ ਵੇਖੋ ਪੀੜ ਚਨਾਰ ਸੀ ਅਲਹਮਦੁਲਿਲਾ ਜੀ ਅਲਹਮਦੁਲਿਲਾ ਇਹ ਜੀ ਮੁਜ਼ਫਰਾਬਾਦ ਜਗ੍ਹਾ ਬਟੀ ਇੱਥੇ ਆਇਆ ਸੀ ਬਾਬਾ ਜੀ ਫਲੱਡ ਤੇ ਰੋਡ ਬਲਾਕ ਹੋਇਆ ਸੀ ਉਹਦੇ ਵਿੱਚ ਕਰੇਨਾਂ ਸ਼ਰੇਨਾਂ ਲੱਗੀਆਂ ਸਨ ਕੁਹਾਲਾ ਰਹਿ ਗਿਆ ਬਾਬਾ ਜੀ 22 ਕਿਲੋਮੀਟਰ ਅਲਹਮਦੁਲਿਲਾ ਜੀ ਕੁਹਾਲਾ ਤਕਰੀਬਨ ਰਹਿ ਗਿਆ 12-13 ਕਿਲੋਮੀਟਰ ਮਾਧੂ ਸਾਹਿਬ ਸਾਡੀ ਤਸ਼ਰੀਫ ਨੇ ਸਾਥ ਛੱਡ ਛੱਡਿਆ ਸਹੀ ਗੱਲ ਅੱਛਾ ਤਸ਼ਰੀਫ ਸਮਝਦੇ ਹੋ ਤੁਸੀਂ ਤਸ਼ਰੀਫ ਨੇ ਕੀ ਦੀ ਅੱਛਾ ਫਿਰ ਲਾਲ ਹੋ ਗਿਆ ਜੀ ਲਾਲ ਮੈਂ ਨਾਲ ਰਹੀ ਨੀ ਪਤਾ ਹੀ ਨੀ ਨਾਲ ਹੈ ਕਿ ਨਹੀਂ ਤਮਾਮ ਐਡਾ ਲੰਮਾ ਟੂਰ ਕਰ ਛੜਿਆ ਅੱਛਾ ਤਮਾਮ ਫੇਰ ਲਿਆ ਜੇ ਸਪੋਰਟ ਨੇ ਉਹ ਆਮ ਨੇ ਪੈਂਡਿੰਗ ਚ ਰੱਖਿਆ ਹੈ ਆਂਦੇ ਨੇ ਈਜ਼ੀ ਹੋ ਕੇ ਮਜ਼ੇ ਨਾਲ ਵੇਖਾਂਗੇ ਹੌਲੀ ਹੌਲੀ ਵੇਂਦੇ ਨੇ ਇੱਕ ਦਿਨ ਚ 2 ਮਿੰਟਾਂ ਦਾ ਕਲਿੱਪ ਵੇਂਦੇ ਨੇ ਚੱਲ ਜੋੜਦੇ ਨੇ ਜੋੜੋ ਯਾਰ ਤੁਹਾਨੂੰ ਪਤਾ ਬੜੇ ਬੜੇ ਸਫ਼ਰ ਕੀਤੇ ਨੇ ਕੁਛ ਨਹੀਂ ਹੁੰਦਾ ਬਸ ਇੱਕ ਜਿਹੜੀ ਹੈ ਤਸ਼ਰੀਫ ਸਹੀ ਗੱਲ ਹੈ ਸ਼ੀਟ ਨਾ ਚਿਪਕ ਗਈ ਹੈ 1000 ਕਿਲੋਮੀਟਰ ਸਫ਼ਰ ਕਰ ਚੜੇ ਤਕਰੀਬਨ ਇੱਕ ਪੂਰਾ ਘੰਟਾ ਲੇਟ ਹੋਏ ਆ ਭਾਈ ਆ ਕੇ ਇੱਥੇ ਕੁਹਾਲਾ ਬ੍ਰਿਜ ਤੇ ਇੱਕ ਘੰਟਾ ਵੇਟ ਕੀਤਾ ਓਏ ਹੋਏ ਕੀ ਸਜਾਇਆ ਆਈਏ ਚੌਧਰੀ ਅਸੀਂ ਵੇਖਿਆ ਰਾਹ ਚ ਲੈਕੜ ਦਾ ਬੱਚਾ ਲਓ ਜੀ ਇੱਥੋਂ ਨਹੀਂ ਚਰਨੀਆਂ ਜਾਂ ਚੜਾਈਆਂ ਮੜੀ ਦੀ ਇਹ ਪਾਲੀ ਜੇ ਗੱਡੀ ਮੜੀ ਨੂੰ ਮੜੀ 28 ਕਿਲੋਮੀਟਰ ਤੇ ਪੂਰਬਾ ਨੇ 19 ਕਿਲੋਮੀਟਰ ਕੁੱਤੇ ਵੇਖੋ ਬੱਦਲ ਆਏ ਹੋਏ ਮੜੀ ਨੂੰ ਬੱਦਲਾਂ ਨੇ ਪੂਰਾ ਘੇੜਿਆ ਮਾਲ ਰੋਡ 4 ਵੇਖੋ ਬੱਦਲ ਯਾਰ ਓਏ ਹੋਏ ਇਹ ਮੋਲ ਇਹਨੂੰ ਆਉਂਦੇ ਜੇ ਮੜੀ ਬਾਬਾ ਜੀ ਚੈੱਕ ਕਰੋ ਬੱਦਲ ਆਈ ਲਵ ਮੜੀ ਬੱਦਲਾਂ ਦੇ ਵਿੱਚ ਬੱਦਲਾਂ ਦੇ ਵਿੱਚ ਸਫ਼ਰ ਕਰ ਰਹੇ ਹਾਂ ਫੋਗ ਹੀ ਹੁੰਦੀ ਹੈ ਕਿ ਚੈੱਕ ਕਰੋ ਕੁਛ ਨਹੀਂ ਲੱਭ ਰਿਹਾ ਚੈੱਕ ਕਰੋ ਮੂੰਹ ਪਿੱਛੇ ਲੱਗ ਪਿਆ ਪੈਦਰ ਮੜੀ ਤੇ ਨੱਥੀਆ ਗਲੀ ਦਾ ਜ਼ਿਆਦਾ ਮਸ਼ਹੂਰ ਹੈ ਕਿਉਂਕਿ ਇੱਥੇ ਬਾਦਲ ਘੁੰਮਦੇ ਰਹਿੰਦੇ ਨੇ ਉੱਤੇ ਪੂਰੇ ਬਾਰਾਂ ਨੂੰ ਇਹ ਚੈੱਕ ਕਰੋ ਚੈੱਕ ਕਰੋ ਬਾਬਾ ਜੀ ਬੱਦਲਾਂ ਦੇ ਵਿੱਚ ਉਹਦੇ ਗੁਜ਼ਰੇ ਆ ਹੱਥ ਕਿੱਲੇ ਹੋ ਗਏ ਮੜੀ 12 ਮਹੀਨੇ ਰਸ਼ ਰਹਿੰਦਾ ਇਹ ਚੀਜ਼ ਤਾਂ ਤੁਸੀਂ ਜਾਣਦੇ ਹੀ ਹੋ ਬਾਦਲਾਂ ਦੇ ਵਿੱਚ ਉਹਦੇ ਗੁਜ਼ਰੇ ਆ ਨਾ ਭਿੱਜ ਪੁੱਜ ਗਏ ਚੈੱਕ ਕਰੋ
ਮੈਨੂੰ ਜਿਸਮ ਨੇ ਮੇਰੇ ਅੰਦਰੋਂ ਪਾਣੀ ਖਤਮ ਕੀਤਾ, ਮੈਂ ਵਾਸ਼ਰੂਮਾਂ ਦਾ ਪਾਣੀ ਖਤਮ ਕਰ ਦਿਆਂਗਾ। ਬਾਦਲ ਛਾਏ ਹੋਣੇ, ਨਹੀਂ ਵੇਖ ਸਕਦੇ। ਖਾਣਾ ਛਾਣਾ ਖਾ ਕੇ ਨਿਕਲਿਆ ਸਾ ਬਾਹਰ, ਤੇ ਇੱਥੇ ਜਿਹੜਾ ਮਿਲੇ ਨੇ ਸਬਸਕ੍ਰਾਈਬਰ ਆ ਕੇ ਮੈਨੂੰ ਬੋਲਤੇ ਆ, ਮੈਂ ਵੀ ਪਿੰਡੂ। ਨਹੀਂ ਨਹੀਂ ਝੂਠ ਹੈ ਜੀ, ਮੈਂ ਹੀ ਹੂੰ। ਇੰਨਾ ਐਕਸਾਈਟਿਡ ਇਹਦੇ ਕੋਲ ਆਏ ਨਹੀਂ ਜਾ ਰਿਹਾ। ਆਓ ਨਾ ਸਾਹਮਣੇ, ਸਭ ਕੋ ਬਤਾਓ ਆਪਕਾ ਨਾਮ ਕਿਆ ਹੈ। ਮੇਰਾ ਨਾਮ ਸੁਦੈਸ। ਸੁਦੈਸ, ਫਿੱਟ ਫਾਟ ਹੋ? ਹਾਂ, ਦੇਖੋ ਗੱਲ ਕਹਿ ਕੇ ਵੀ ਕਿਤੇ ਲੱਗੇ। ਕਿਆ ਬੋਲਾ ਤਾ ਆਪਨੇ ਆ ਕੇ? ਯਕੀਨ ਨਹੀਂ ਥਾ ਬੜਾ, ਅਬ ਆ ਗਿਆ ਯਕੀਨ। ਚਲੋ ਹਾਰ ਲਗਾ ਕੇ ਚੈੱਕ ਕਰ ਲਓ। ਓਕੇ ਕਰ, ਮੈਂ ਉੱਥੋਂ ਬੱਚਿਆਂ ਦੇ ਸਮਾਨ ਲਿਆ ਹਜੇ ਥੋੜ੍ਹਾ ਜਿਹਾ।